ਜੀ ਬਾਰਾਂ ਲਾਵਾਂਗੇ ਜੀ ਬਾਰਾਂ ਖੁਸ਼ੀਆਂ। ਤਲਵਾਰ
ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਾਉਂਦਿਆਂ ਸਿੰਘਾਂ ਨੂੰ ਇਹ ਵਚਨ ਨੋਟ ਕਰਾਇਆ, ਕਹਿੰਦੇ ਜੋ ਨਿੰਦਕ ਜੁਗਲ ਨੇ ਤੇ ਉਹਨਾਂ ਨੂੰ ਭਾਈ ਇਹ ਮਰਦਰ ਗਮਲੇ ਦੀ ਅਕਾਲੀ ਬਾਣੀ ਜਿਸ ਦੀ ਇੱਕ ਇੱਕ ਪੰਕਤੀ ਚੋ ਘੋੜਿਆਂ ਦੀਆਂ ਖਿੜਕਣ ਦੀਆਂ ਆਵਾਜ਼ਾਂ, ਹਾਥੀਆਂ ਦੇ ਚੰਗਿਆੜਨ ਦੀਆਂ ਆਵਾਜ਼ਾਂ, ਢਾਲਾਂ ਦੇ ਤਲਵਾਰਾਂ ਚੋਂ ਨਿਕਲਦੇ ਚੰਗਿਆੜੇ ਤੇ ਚੱਲਦੇ ਹੋਏ ਤੀਰਾਂ ਦੀ ਛੱਪਾ ਛੱਪ, ਛਾਤੀਆਂ ਚ ਬਣਦੇ ਹੋਏ ਨੇਜਿਆਂ ਦੀ ਖਚਾ ਖਚ, ਐਸੀਆਂ ਜੰਗ ਯੁੱਧ ਦੀਆਂ ਜਿਹੜੀਆਂ ਆਵਾਜ਼ਾਂ ਨੇ ਸਾਹਿਬ ਕਹਿੰਦੇ ਇਹਨਾਂ ਨੂੰ ਉਹ ਸੁਣ ਨਹੀਂ ਸਕਦੇ। ਜ਼ੋਰ ਬੜਾ ਦੁਨੀਆਂ ਦਾ ਲੱਗਾ ਹੋਇਆ ਖਾਲਸੇ ਨੂੰ ਮਿਟਾਉਣ ਵਾਸਤੇ, ਜਿਹੜਾ ਕਲਗੀਧਰ ਪਾਤਸ਼ਾਹ ਦਾ ਸਾਜਿਆ ਹੋਇਆ ਖਾਲਸਾ, ਕਿਸੇ ਬੰਦੇ ਦੀ ਕੀ ਜ਼ਰੂਰਤ ਹੈ ਇਸਨੂੰ ਖਤਮ ਕਰਨ ਦੀ? ਕਿਸੇ ਦੀ ਕੋਈ ਜ਼ਰੂਰਤ ਨਹੀਂ, ਕਿਸੇ ਦੀ ਕੋਈ ਤਾਕਤ ਨਹੀਂ, ਕਿਸੇ ਵਿੱਚ ਕੋਈ ਸ਼ਕਤੀ ਨਹੀਂ, ਖਾਲਸੇ ਨੂੰ ਖਤਮ ਕਰ ਜਾਏ। ਖਾਲਸਾ ਸਦਾ ਗੂੰਜਦਾ ਰਿਹਾ ਹੈ, ਗੂੰਜਦਾ ਪਿਆ ਹੈ, ਗੂੰਜਦਾ ਰਹੇਗਾ।
ਮਾਰ ਛਤਰੀ ਪੰਥ ਗਾਈ ਹੈ ਵਿਸ਼ਵਨਾਥ ਵਿਸ਼ਵਮ ਪ੍ਰਭੇਦ ਨਾਥ ਸੇਵਾ ਕਰਨ ਵਾਲਾ।